ਗੈਂਗਸਟਰ ਗੋਲਡੀ ਬਰਾੜ ਦੇ ਉੱਤੇ ਹੁਣ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ। ਦੱਸ ਦਈਏ ਕਿ ਇੱਕ ਬਿਜ਼ਨਸਮੈਨ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ, ਰੰਗਦਾਰੀ 2 ਕਰੋੜ ਰੁਪਏ ਦੀ ਮੰਗੀ ਗਈ ਹੈ, ਜਿਸ ਤੋਂ ਬਾਅਦ ਹੁਣ ਬਿਜ਼ਨਸਮੈਨ ਦੇ ਵੱਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ ਗਈ ਹੈ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਇੱਕ ਬਿਜ਼ਨਸਮੈਨ ਦੇ ਕੋਲੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾਂਦੀ ਹੈ। ਵੱਖੋ ਵੱਖਰੇ ਨੰਬਰਾਂ ਤੋਂ ਫੋਨ ਕੀਤੇ ਜਾਂਦੇ ਨੇ, ਗੋਲਡੀ ਬਰਾੜ ਦੇ ਨਾਮ ਦੇ ਉੱਤੇ ਇਹ ਰੰਗਦਾਰੀ ਮੰਗੀ ਗਈ ਹੈ, ਤਾਂ ਜਿਸ ਤੋਂ ਬਾਅਦ ਹੁਣ ਬਿਜ਼ਨਸਮੈਨ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਸੁਹਾਣਾ ਦੇ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਉਸ ਬਿਜ਼ਨਸਮੈਨ ਨੂੰ ਫੋਨ ਕਰਕੇ ਗੋਲਡੀ ਬਰਾੜ ਦੇ ਵੱਲੋਂ ਕਿਹਾ ਗਿਆ ਕਿ ਇੱਕ ਤਾਂ ਉਸਨੂੰ ਆਪਣੇ ਬਿਜ਼ਨਸ ਦੇ ਵਿੱਚ ਹਿੱਸੇਦਾਰ ਬਣਾਵੇ ਅਤੇ ਦੂਜੀ ਉਸਨੂੰ 2 ਕਰੋੜ ਰੁਪਏ ਰੰਗਦਾਰੀ ਦਿੱਤੀ ਜਾਵੇ, ਜਿਸ ਤੋਂ ਬਾਅਦ ਹੁਣ ਬਿਜ਼ਨਸਮੈਨ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਸੁਹਾਣਾ ਥਾਣੇ ਦੇ ਵਿੱਚ ਇਹ FIR ਦਰਜ ਕੀਤੀ ਗਈ ਹੈ। ਹਾਲਾਂਕਿ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਮਸ਼ਹੂਰ ਗਾਇਕ ਆਰਨੇਤ ਨੂੰ ਵੀ ਲਾਰੈਂਸ ਗਰੁੱਪ ਦੇ ਵੱਲੋਂ ਧਮਕੀ ਦਿੱਤੀ ਗਈ ਸੀ, ਜਿਸ ਦੇ ਵਿੱਚ ਉਸਦੇ ਕੋਲੋਂ ਰੰਗਦਾਰੀ ਮੰਗੀ ਗਈ ਸੀ ਅਤੇ ਆਰਨੇਤ ਦੇ ਮੈਨੇਜਰ ਦੇ ਵੱਲੋਂ ਹੁਣ ਇਸ ਦੀ ਸ਼ਿਕਾਇਤ ਜੋ ਹੈ ਉਹ ਦਰਜ ਕਰਵਾਈ ਗਈ ਸੀ ਅਤੇ ਹੁਣ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਆਰਨੇਤ ਇਸ ਸਮੇਂ ਦੁਬਈ ਦੇ ਵਿੱਚ ਹੈ ਅਤੇ ਉਸਨੂੰ ਲਗਾਤਾਰ ਅਲੱਗ ਅਲੱਗ ਨੰਬਰ ਤੋਂ ਫੋਨ ਕਰਕੇ ਲਾਰੈਂਸ ਗੈਂਗ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਰੰਗਦਾਰੀ ਜੋ ਹੈ ਉਹ ਮੰਗੀ ਜਾ ਰਹੀ ਸੀ। ਤਾਂ ਠੀਕ ਹੁਣ ਗੋਲਡੀ ਬਰਾੜ ਦੇ ਵੱਲੋਂ ਇੱਕ ਬਿਜ਼ਨਸਮੈਨ ਨੂੰ ਫੋਨ ਕੀਤਾ ਗਿਆ ਜਿਸ ਦੇ ਵਿੱਚ ਉਸਦੇ ਕੋਲੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾਂਦੀ ਹੈ, ਬਿਜ਼ਨਸ ਦੇ ਵਿੱਚ ਹਿੱਸੇਦਾਰ ਬਣਾਉਣ ਦੀ ਗੱਲ ਆਖੀ ਜਾਂਦੀ ਹੈ। ਜੇਕਰ ਬਿਜ਼ਨਸਮੈਨ ਦੇ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਜੋ ਹੈ ਗੋਲਡੀ ਬਰਾੜ ਦੇ ਵੱਲੋਂ ਦਿੱਤੀ ਗਈ ਹੈ।